ਹੋਵੇ ਕਿ ਆਪਾਂ ਅੱਜ ਕਿੱਥੇ ਬੈਠੇ ਆ ਹੈ ਨਾ ਰੰਜੀ ਸਾਡੇ ਜਿਹੜੇ ਦੋਸਤ ਨੇ ਉਹ ਜ਼ਰੂਰ ਸੋਚ ਰਹੇ ਹੋਣਗੇ ਬਿਲਕੁਲ ਜੀ ਬਿਲਕੁਲ ਅਸੀਂ ਬੈਠੇ ਹਾਂ ਪੌੜੀਆਂ ਤੇ ਕਿਉਂਕਿ ਹੁਣ ਛੱਤ ਹੋ ਗਈ ਹੈ ਧੁੱਪ ਤੇ ਧੁੱਪ ਨੂੰ ਵੇਖਦੇ ਹੋਏ ਨਾ ਅਸੀਂ ਬੈਠਣਾ ਕੰਫਰਟੇਬਲ ਫੀਲ ਨਹੀਂ ਕਰ ਰਹੇ ਕਿਉਂਕਿ ਜੀ ਹੁਣ ਜਿਹੜਾ ਮੌਸਮ ਹੈ ਨਾ ਬਹੁਤ ਹੀ ਜ਼ਿਆਦਾ ਬਦਲ ਚੁੱਕਿਆ ਹੈ ਪਹਿਲਾਂ ਸਰਦੀਆਂ ਦੇ ਵਿੱਚ ਦਿਲ ਕਰਦਾ ਸੀ ਕਿ ਆਪਾਂ ਗਰਮੀ ਦੇ ਵਿੱਚ ਬੈਠੀਏ ਧੁੱਪ ਦੇ ਵਿੱਚ ਬੈਠੀਏ ਲੇਕਿਨ ਜਿਹੜਾ ਹੁਣ ਮੌਸਮ ਆ ਗਿਆ ਥੋੜਾ ਥੋੜਾ ਗਰਮੀ ਦਾ ਆ ਗਿਆ ਤੇ ਆਪਾਂ ਸੋਚਨੇ ਆ ਸਾਨੂੰ ਠੰਡੀ ਠੰਡੀ ਜਿੱਥੋਂ ਹਵਾ ਆ ਰਹੀ ਹੋਵੇ ਨਾ ਉਹ ਜਗ੍ਹਾ ਮਿਲੇ ਤੇ ਇੱਥੇ ਬੜੀ ਵਧੀਆ ਹਵਾ ਆ ਰਹੀ ਸੀ ਇਸ ਵਾਸਤੇ ਆਪਾਂ ਸੋਚਿਆ ਆਪਾਂ ਇੱਥੇ ਹੀ ਬਹਿ ਕੇ ਪ੍ਰੋਗਰਾਮ ਕਰ ਲਈਏ ਲੇਕਿਨ ਅਸੀਂ ਟੈਰੇਸ ਤੇ ਜ਼ਰੂਰ ਗਏ ਸੀ ਅਸੀਂ ਛੱਤ ਤੇ ਗਏ ਸੀ ਲੇਕਿਨ ਧੁੱਪ ਵੇਖ ਕੇ ਨਾ ਸਾਡੀ ਹਿੰਮਤ ਨਹੀਂ ਹੋਈ ਕਿ ਪੂਰੀ ਪੌੜੀਆਂ ਅਸੀਂ ਨੀਚੇ ਉਤਰੀ ਅਸੀਂ ਇਸ ਕਰਕੇ ਵਿਚਕਾਰ ਹੀ ਬਹਿ ਗਈਆਂ ਤੇ ਵਿਚਕਾਰ ਬੈਠ ਕੇ ਅਸੀਂ ਆਪਣੀ ਗੱਲਾਂ ਬਾਤਾਂ ਇੱਥੇ ਹੀ ਸ਼ੁਰੂ ਕਰ ਦਿੱਤੀਆਂ ਨੇ ਹਨਾ ਮਨਪ੍ਰੀਤ ਬਿਲਕੁਲ ਸਹੀ ਤੇ ਦੋਸਤੋ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਹਾਸੀਆਂ ਖੇਡੀਆਂ ਤੇ ਤੁਹਾਡੇ ਨਾਲ ਬਣ ਚੁੱਕੀ ਹੈ ਤੁਹਾਡੀ ਆਪਣੀ ਦੋਸਤ ਮਨਪ੍ਰੀਤ ਤੇ ਨਾਲ ਹੀ ਨਾਲ ਤੁਹਾਡੀ ਦੋਸਤ ਰਣਜੀਤ ਤੇ ਗੱਲਾਂ ਦਾ ਸਿਲਸਿਲਾ ਤੇ ਲੈ ਕੇ ਆਪਾਂ ਹਾਜ਼ਰ ਹੋ ਚੁੱਕੇ ਹਾਂ ਵੈਸੇ ਰਣਜੀਤ ਤੈਨੂੰ ਪਤਾ ਆਪਣੀ ਖਿਚੜੀ ਅਲੱਗ ਬਣਾਉਣਾ ਦਾ ਮਤਲਬ ਕੀ ਹੁੰਦਾ ਹੈ ਮੈਨੂੰ ਤਾਂ ਸਿਰਫ ਇੰਨਾ ਪਤਾ ਜੇ ਆਪਣੀ ਖਿਚੜੀ ਵੱਖਰੀ ਬਣਾਵਾਂ ਤੇ ਕਰੋ ਗਾਲਾਂ ਖਾਵਾਂ ਵੈਸੇ ਸਹੀ ਗੱਲ ਹੈ ਜੀ ਇਹਦਾ ਮੀਨਸ ਵੀ ਇਹ ਹੀ ਹੈਗਾ ਕਿ ਬਸ ਜੋ ਕੰਮ ਕਰਨਾ ਨਾ ਵੱਖਰਾ ਵੱਖਰਾ ਕਰਨਾ ਤੇ ਅਲੱਗ ਅਲੱਗ ਕਰਨਾ ਇਹਦਾ ਮਤਲਬ ਹੈ ਜੀ ਆਪਣੀ ਖਿਚੜੀ ਅਲੱਗ ਬਣਾਉਣਾ ਲੇਕਿਨ ਇਹ ਬਹੁਤ ਗਲਤ ਹੈਗਾ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਆਪਣੇ ਕੰਮ ਨੂੰ ਹਮੇਸ਼ਾ ਫੈਮਿਲੀ ਦੇ ਵਿੱਚ ਹੀ ਕਰਨਾ ਚਾਹੀਦਾ ਹੈ ਯਾਨੀ ਕਿ ਫੈਮਿਲੀ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ ਜ਼ਰੂਰੀ ਨਹੀਂ ਹੈਗਾ ਕਿ ਬਈ ਤੁਸੀਂ ਵੱਖਰੇ ਹੋ ਕੇ ਆਪਣੇ ਸਾਰੇ ਕੰਮ ਵਧੀਆ ਕਰ ਸਕਦੇ ਹੋ ਖਿਚੜੀ ਅਲੱਗ ਪਕਾ ਸਕਦੇ ਹੋ ਲੇਕਿਨ ਦੂਜੀ ਖਿਚੜੀ ਅਲੱਗ ਨਹੀਂ ਪਕਾਣੀ ਬਿਲਕੁਲ ਮਤਲਬ ਕਹਿਣ ਦਾ ਇਹੀ ਹੈ ਕਿ ਸਿੰਪਲ ਜਿਹਾ ਵਰਡ ਹੁੰਦਾ ਹੈ ਆਪਣੀ ਖਿਚੜੀ ਵੱਖਰੀ ਪਕਾਉਣਾ ਦਾ ਮਤਲਬ ਹੈ ਕਿ ਆਪਣਾ ਕੰਮ ਵੱਖਰੇ ਕਰਨਾ ਲੇਕਿਨ ਕੰਮ ਵੱਖਰੇ ਕਰਨਾ ਬਿਲਕੁਲ ਹੀ ਗਲਤ ਗੱਲ ਹੈ ਜੋ ਕਿ ਮੇਰੀ ਆਪਣੀ ਓਪੀਨੀਅਨ ਹੈ ਬਿਲਕੁਲ ਸਹੀ ਦੋਸਤੋ ਸਾਨੂੰ ਕਦੀ ਵੀ ਨਾ ਆਪਣਿਆਂ ਤੋਂ ਅਲੱਗ ਨਹੀਂ ਰਹਿਣਾ ਚਾਹੀਦਾ ਜੋ ਵੀ ਸਾਡਾ ਓਪੀਨੀਅਨ ਹੈਗਾ ਵੇ ਜੋ ਵੀ ਸਾਡੀ ਸਲਾਹ ਹੈਗੀ ਹੈ ਜੋ ਵੀ ਆਪਾਂ ਕਰਨਾ ਚਾਹੁੰਦੇ ਆ ਉਹ ਸਭ ਨੂੰ ਦੱਸ ਕੇ ਕਰੋ ਐ ਨਹੀਂ ਕਿ ਹੋਰ ਕੋਈ ਕੁਝ ਹੋਰ ਕਰ ਰਿਹਾ ਤੁਸੀਂ ਕੁਝ ਹੋਰ ਕਰ ਰਹੇ ਹੋ ਮਤਲਬ ਕਿਸੇ ਪਾਸ ਕੀ ਚੱਲ ਰਿਹਾ ਪਤਾ ਹੀ ਨਹੀਂ ਕਿਸੇ ਨੂੰ ਕਿ ਫੈਮਿਲੀ ਦੇ ਵਿੱਚ ਚੱਲ ਕੀ ਰਿਹਾ ਫੈਮਿਲੀ ਵਿੱਚ ਕਿਹੜੀ ਖਿਚੜੀ ਪੱਕ ਰਹੀ ਹੈ ਮਤਲਬ ਸਹੀ ਗੱਲ ਹੈ ਜਦੋਂ ਖਿਚੜੀ ਦਾ ਨਾ ਦੂਜੇ ਨੂੰ ਪਤਾ ਲੱਗ ਜਾਂਦਾ ਨਾ ਤੇ ਇਹਦੇ ਨਾਲ ਜੀ ਹੋ ਜਾਂਦੀ ਹੈ ਲੜਾਈ ਬਿਲਕੁਲ ਕਿਉਂਕਿ ਜੇਕਰ ਆਪਾਂ ਕਿਸੇ ਕੋਲ ਗੱਲ ਛੁਪਾਵਾਂਗੇ ਨਾ ਤੇ ਫਿਰ ਉਹ ਦੂਜੇ ਬੰਦੇ ਨੂੰ ਬਹੁਤ ਜ਼ਿਆਦਾ ਫੀਲ ਹੁੰਦਾ ਵੇ ਹੈ ਨਾ ਜੇਕਰ ਤੁਸੀਂ ਇੱਕ ਫੈਮਿਲੀ ਬਣ ਕੇ ਰਹਿ ਰਹੇ ਹੋ ਇੱਕ ਫੈਮਿਲੀ ਦੇ ਵਿੱਚ ਰਹਿ ਰਹੇ ਹੋ ਨਾ ਫਿਰ ਤੁਹਾਨੂੰ ਇੱਕ ਦੂਜੇ ਦੀ ਜੋ ਇੰਪੋਰਟੈਂਸ ਹੈਗੀ ਨਾ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ ਹੈ ਲੇਕਿਨ ਇੱਕ ਗੱਲ ਦੱਸ ਦਵਾਂ ਖਿਚੜੀ ਵਰਡ ਹੈ ਨਾ ਜਿਹੜਾ ਜਿਹਦੇ ਘਰ ਅਗਰ ਕੁਛ ਪੁੱਛਿਆ ਜਾਏਗਾ ਨਾ ਕਿ ਬਈ ਅੱਜ ਰੋਟੀ 'ਚ ਖਿਚੜੀ ਬਣਾਉਣਾ ਸਾਰਿਆਂ ਦੇ ਮੂੰਹ ਹੀ ਚੜ ਜਾਣਗੇ ਨਾ ਸਹੀ ਗੱਲ ਬਿਮਾਰ ਕਹਿ ਨਹੀਂ ਬੋਲਦੇ ਨੇ ਇਹ ਤੇ ਬਿਮਾਰ ਵਾਲਾ ਖਾਣਾ ਹੈ ਨਹੀਂ ਪਸੰਦ ਹੈ ਅੱਜ ਕੱਲ ਤੇ ਰਣਜੀਤ ਬੱਚੇ ਵੀ ਖਾ ਕੇ ਰਾਜੀ ਨਹੀਂ ਹੈ ਖਿਚੜੀ ਬਿਲਕੁਲ ਕਹਿੰਦੇ ਨੇ ਨਾ ਛੋਟੇ ਬੱਚਿਆਂ ਨੂੰ ਖਿਚੜੀ ਦੋ ਵਧੀਆ ਹੁੰਦੀ ਹੈ ਉਹਦੇ ਸਿਹਤ ਲਈ ਲੇਕਿਨ ਅੱਜ ਕੱਲ ਦੇ ਬੱਚਿਆਂ ਦੇ ਸਾਹਮਣੇ ਤੁਸੀਂ ਲਿਆ ਕੇ ਰੱਖ ਲਓ ਦੇਖਦੇ ਸਾਰੇ ਨੱਕ ਮੂੰਹ ਵੱਟ ਕੇ ਉਹ ਦੂਰ ਚਲੇ ਜਾਣਗੇ ਲੇਕਿਨ ਮੇਰਾ ਵੀ ਫੇਵਰੇਟ ਖਿਚੜੀ ਮੈਨੂੰ ਬਹੁਤ ਫੇਵਰੇਟ ਹੈਗੀ ਹੈ ਮੈਨੂੰ ਗਰਮ ਗਰਮ ਖਿਚੜੀ ਦੇ ਨਾਲ ਠੰਡੀ ਠੰਡੀ ਦਹੀਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਮੈਂ ਤਾਂ ਵੀ ਬਿਲਕੁਲ ਵੀ ਭੱਜਦੀ ਨਹੀਂ ਹੈਗੀ ਖਿਚੜੀ ਨੂੰ ਦੇਖ ਕੇ ਐ ਤੇ ਜੇ ਘੱਟ ਰਾਜਨ ਹੋਰ ਮੰਗਾ ਲੈਂਦੇ ਆ ਨਹੀਂ ਜ਼ਿਆਦਾ ਜਦੋਂ ਖਾ ਲਈ ਨਾ ਤੇ ਰੱਜ ਕੇ ਨਾ ਫਿਰ ਦੁਬਾਰਾ ਮੇਰੇ ਸਾਹਮਣੇ ਆਏਗੀ ਨਾ ਮੈਂ ਵੀ ਨਹੀਂ ਖਾਣੀ ਵੈਸੇ ਸਹੀ ਗੱਲ ਹੈ ਜੀ ਜਿਹੜੇ ਆਪਾਂ ਜਦੋਂ ਮੰਗਦੇ ਆ ਨਾ ਕਿ ਸਾਨੂੰ ਇਹ ਚੀਜ਼ ਮਿਲ ਜਾਏ ਉਹ ਨਾ ਮਿਲੇ ਫਿਰ ਜ਼ਿਆਦਾ ਹੋਰ ਗੁੱਸਾ ਚੜਦਾ ਵੇ ਹੈ ਨਾ ਬਿਲਕੁਲ ਜੀ ਬਿਲਕੁਲ ਔਰ ਇੱਕ ਹੋਰ ਤੁਹਾਨੂੰ ਗੱਲ ਦੱਸ ਦਿੰਦੀ ਹੈ ਖਿਚੜੀ ਜਿਹੜੀ ਆ ਉਹ ਸਾਡਾ ਨੈਸ਼ਨਲ ਫੂਡ ਹੈਗਾ ਹੈ ਯਾਨੀ ਕੋਈ ਤੁਸੀਂ ਕਹਿ ਸਕਦੇ ਹੋ ਕਿ ਇੰਡੀਆ ਦੇ ਵਿੱਚ ਨੈਸ਼ਨਲ ਫੂਡ ਹੈ ਖਿਚੜੀ ਔਰ ਜੋ ਕਿ ਸਾਡੇ ਸਾਰੇ ਬੱਚਿਆਂ ਨੂੰ ਖਿਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਲੇਕਿਨ ਅੱਜ ਕੱਲ੍ਹ ਜਿਹੜੇ ਬੱਚੇ ਨੂੰ ਖਾ ਕੇ ਕਿਤੇ ਰਾਜੀ ਨੇ ਉਹਨਾਂ ਨੂੰ ਤਾਂ ਜੀ ਪੀਜ਼ਾ ਬਰਗਰ ਬਸ ਇਹ ਚੀਜ਼ਾਂ ਦੇ ਦਿਓ ਉਹਦੇ ਵਿੱਚ ਖੁਸ਼ ਹੈਗੇ ਨੇ ਜੇਕਰ ਉਹਨਾਂ ਅੱਗੇ ਰੱਖ ਦੋ ਨਾ ਖਿਚੜੀ ਤੇ ਫਿਰ ਤੇ ਜੀ ਉਹਨਾਂ ਦਾ ਜਿਹੜਾ ਮੂੰਹ ਐਵੇਂ ਬਣ ਜਾਂਦਾ ਨਾ ਬਸ ਕੀ ਕਰੀਏ ਜਿਵੇਂ ਗੁਬਾਰਾ ਨਹੀਂ ਫੁੱਲ ਜਾਂਦਾ ਉਹਨਾਂ ਦਾ ਮੂੰਹ ਬਣ ਜਾਂਦਾ ਲੇਕਿਨ ਦੋਸਤੋ ਖਿਚੜੀ ਖਾਣੀ ਵੀ ਬਹੁਤ ਜ਼ਰੂਰੀ ਹੈ ਲੇਕਿਨ ਪਕਾਉਣੀ ਆਪਣੇ ਦਿਮਾਗ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਗਲਤ ਹੈਗੀ ਹੈ ਇਸ ਲਈ ਜੀ ਕਦੀ ਵੀ ਆਪਣੇ ਦਿਮਾਗ ਦੇ ਵਿੱਚ ਖਿਚੜੀ ਨਹੀਂ ਪਕਾਉਣੀ ਹੈ ਫੈਮਿਲੀ ਦੇ ਨਾਲ ਰਲ ਕੇ ਗੈਸ ਤੇ ਤੁਸੀਂ ਜ਼ਰੂਰ ਪਕਾ ਸਕਦੇ ਹੋ ਔਰ ਸਭ ਨੂੰ ਟੇਸਟ ਕਰਵਾ ਸਕਦੇ ਹੋ ਬਿਲਕੁਲ ਸਹੀ ਤੇ ਦੋਸਤੋ ਇਨੀ ਗੱਲਾਂ ਬਾਤਾਂ ਦੇ ਨਾਲ ਜੇਕਰ ਆਪਾਂ ਗੱਲਾਂ ਕਰਦੇ ਰਹਿਣਾ ਤੇ ਫਿਰ ਟਾਈਮ ਤੇ ਜੀ ਤੁਹਾਡਾ ਪਤਾ ਨਹੀਂ ਲੱਗਦਾ ਕਿੱਥੇ ਜਾ ਰਿਹਾ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਸਾਡੇ ਦੋਵਾਂ ਦੀ ਕੀ ਖਿਚੜੀ ਪੱਕ ਰਹੀ ਹੈ ਸਹੀ ਗੱਲ ਹੈ ਲੇਕਿਨ ਹੁਣ ਆਪਾਂ ਚੱਲਨੇ ਆ ਲੇਕਿਨ ਜਾਣੇ ਜਾਂਦੇ ਇਹੀ ਕਹਿਣਾ ਚਾਹਾਂਗੇ ਕਿ ਕਦੀ ਵੀ ਆਪਣੀ ਖਿਚੜੀ ਅਲੱਗ ਨਹੀਂ ਪਕਾਉਣੀ ਹੈ ਸਭ ਦੇ ਨਾਲ ਰਲ ਮਿਲ ਕੇ ਪਕਾਉਣੀ ਹੈ ਬਿਲਕੁਲ ਜੀ ਦੇਖਦੇ ਰਹੋ ਯੈਸ ਟੀਵੀ ਤੇ ਤੁਹਾਡਾ ਆਪਣਾ ਪ੍ਰੋਗਰਾਮ ਹਾਸੀਆਂ ਖੇਡੀਆਂ ਨੈਕਸਟ ਐਪੀਸੋਡ ਦੇ ਵਿੱਚ ਫੇਰ ਤੋਂ ਗੱਲਾਂ ਕਰਾਂਗੇ ਇਸੇ ਤਰ੍ਹਾਂ ਦੀ ਜਿਹਦੇ ਵਿੱਚ ਤੁਹਾਨੂੰ ਐਂਟਰਟੇਨਮੈਂਟ ਦੇ ਡੋਜ਼ ਮਿਲਦੇ ਹੀ ਰਹਿਣਗੇ ਤਦ ਤੱਕ ਲਈ ਵੀ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਫਟਾਫਟ ਤੇ YouTube ਤੇ ਜਾ ਕੇ ਯੈਸ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਸੀ ਖੇਡੀਆਂ ਦੇ ਇੱਕ ਪਾਰਟ ਤੁਸੀਂ ਵੀ ਬਣ ਜਾਓ ਹਨਾ ਬਿਲਕੁਲ ਸਹੀ ਤੇ ਦੋਸਤੋ ਹੁਣ ਆਪਾਂ ਚੱਲਦੇ ਹਾਂ ਰੱਖਿਓ ਆਪਣਾ ਖਿਆਲ ਸਾਡੇ ਦੋਹਾਂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ